ਸਵਾਗਤ ਹੈ ਜੀ ਤੁਹਾਡਾ ਸਾਡੇ ਡੂ ਗਰੋ ਬਲੌਗ ਦੇ ਵਿੱਚ। ਏਦਾਂ ਹੀ ਗੱਲ ਨਹੀਂ ਹੋਣੀ, ਬੁੱਧੂ ਗੱਲ ਨਹੀਂ ਹੋਣੀ, ਚਲੋ ਕੱਟ ਦੇ। ਹੁਣ ਤੁਹਾਡਾ ਵੈਲਕਮ ਆ ਵੀ ਸਾਡਾ ਦੇਸੀਆਂ ਦੀ ਕਿਚਨ ਦੇ ਵਿੱਚ। ਮਟਰ ਬਣਾ ਕੇ ਡਾਰਿਆ ਵਾਂ, ਇਹ ਮਟਰ ਕੜਾਈ। ਠੀਕ, ਵੈਲਕਮ ਬੈਕ ਟੂ ਡੂ ਗਰੋ ਚੈਨਲ। ਆਪਣਾ ਇਹ ਬਲੌਗ ਸਟਾਰਟ ਹੋ ਰਿਹਾ ਹੁਣ, ਪਰ ਪਤਾ ਨਹੀਂ ਕੀ ਕਰਦੀ ਅੱਜ ਅਸੀਂ, ਇਸ ਲਈ ਮੈਂ ਹਨਾ ਤੂੰ ਕਰੇਗਾ ਕੁਛ, ਮੈਂ ਅੱਜ ਕੁਛ ਕਰਕੇ ਦਿਖਾਉ। ਦੇਖ ਮੇਰਾ ਤਾਂ ਰੋਜ਼ਾ ਹੈ ਨਹੀਂ, ਜੇ ਤੂੰ ਗਲਤ ਮਲਤ ਵੀ ਚੀਜ਼ ਬਣਾ ਵੀ ਦਿੱਤੀ ਮੈਨੂੰ ਕੋਈ ਫਰਕ ਨਹੀਂ ਪੈਣਾ। ਤੂੰ ਰੋਜ਼ਾ ਰੱਖਿਆ ਵਾ ਤੇ ਤੂੰ ਬਣਾਉਣਾ ਅੱਜ ਕੀ ਖਾਣਾ ਦੱਸ। ਫਿਰ ਜੋ ਡਿਸਾਈਡ ਕੀਤਾ ਆਪਾਂ, ਮਟਨ। ਮਟਨ ਕੀ ਬਣਾਉਣਾ ਤੂੰ ਮਟਨ 'ਚ? ਡਿਸਾਈਡ ਕੀਤਾ ਹੋਇਆ ਸੀਗਾ ਵੀ ਆਪਾਂ ਮਟਨ ਬਣਾਉਣਾ ਵਾ, ਮਟਨ ਕੜਾਈ ਕਰਕੇ ਹੈਨਾ ਟਰਾਈ ਕਰਾਂ ਕਿਵੇਂ ਬਣਦਾ, ਲੇਕਿਨ ਬਣਾ ਲਾਂਗੇ ਆਪਾਂ ਕਿਚਨ 'ਚ ਖੜੇ ਹੋ ਗਏ, ਹੈ ਕਿ ਨਹੀਂ? ਠੀਕ, ਚੱਲੀਏ ਫਿਰ। ਚੱਲ ਦਵਾਈ ਦੀ ਕਿਚਨ 'ਚ ਚੱਲ ਵੇ। ਚੱਲ ਫਿਰ। ਹਾਂ ਕੰਮ ਇੱਦਾਂ, ਹੁਣ ਤੁਹਾਡਾ ਵੈਲਕਮ ਆ ਵੀ ਸਾਡਾ ਦੇਸੀਆਂ ਦੀ ਕਿਚਨ ਦੇ ਵਿੱਚ ਹੈਨਾ, ਅਤੇ ਮਟਨ ਬਣਾਉਣਾ ਵਧੀਆ ਤਰੀਕੇ ਵਾਲਾ ਹੈ ਸਲਿਮ, ਅਤੇ ਇੱਦਾਂ ਰੱਖਣੀ ਕਹਾਣੀ ਹੁਣ। ਹਾਂ ਮੈਂ ਕੱਟ ਲਏ ਪਿਆਜ਼, ਉਹ ਜਾਬਾ ਜਿਹਾ ਅਟੈਕ, ਪਿਆਜ਼ ਕੱਟ ਲਏ ਅਤੇ ਆਹ ਮੈਂ ਡਰਾਈ ਇਹ ਮਸਾਲੇ ਰੋਸਟ ਕਰ ਲਏ, ਆਹ ਮੈਂ ਤੇਲ ਰੱਖਤਾ, ਮਟਨ ਪਿਆ ਆਪਣਾ ਬਿਲਕੁਲ ਫਰੈਸ਼ ਕੀਤਾ ਹੈਨਾ। ਠੀਕ ਆ, ਤੇ ਹੁਣ ਵਧੀਆ ਮਟਨ ਕੜਾਈ ਨਾ ਲੱਜੀ ਸੀ ਅੱਜ ਬਣਾਏ ਖਵਾਏਗਾ ਸਰੋਂ ਦੇ ਤੇਲ 'ਚ। ਤੂੰ ਜੀਲਾ ਦਾ ਨਹੀਂ ਪਕਵਾਈ ਜਾਂਦਾ, ਜੀਲੇ ਦੇ ਜੀਲੇ ਦੇ ਸਰੋਂ ਦੇ ਤੇਲ, ਸਰੋਂ ਦੇ ਤੇਲ 'ਚ ਬਣਦਾ ਮਟਨ ਵਧੀਆ ਤਰੀਕੇ ਨਾਲ, ਇਹ ਕੀ ਬਣਦਾ ਘੈਂਟ ਦਾ ਹੈਨਾ। ਚੱਲ ਆਇਓ, ਚੱਲ ਫਿਰ ਹੁਣ ਕੀ ਪਾਏਗਾ? ਪਹਿਲਾਂ ਪਿਆਜ਼, ਪਹਿਲਾਂ ਹੋ ਗਿਆ ਤੇਰਾ ਗੈਸ ਔਨ, ਗੈਸ ਔਨ ਨਹੀਂ ਕੀਤਾ ਸੀ ਬਾਈ ਨੇ ਬਣਾ ਦੇਣਾ ਸੀ ਉਦਾਂ ਹੀ, ਉਹਨੂੰ ਦੇਖ ਲੈਣ ਦੇ ਜੇ ਵੀ ਹੋ ਗਿਆ। ਹਾਂ ਹੋ ਗਿਆ ਹੋ ਗਿਆ, ਉਹਨੂੰ ਗਰਮ ਹੋਣ ਦੇ ਪਹਿਲਾਂ ਥੋੜਾ ਜਿਹਾ ਹਾਂ ਸੇਕ ਜਿਹਾ ਹੋਣ ਦੇ, ਤਾਂ ਉਹਨੂੰ ਗਰਮ ਕਰ ਜਦ ਤੱਕ ਮੈਂ ਵੀਡੀਓ ਬੰਦ ਕਰਦਾ ਫਿਰ ਚਲਾਉਂਦੇ ਆ ਆਹ ਚੀਜ਼ਾਂ ਨਾ, ਤੇ ਆਹ ਥੋੜਾ ਮਸਾਲਾ ਪਾਤਾ ਆਪਾਂ ਵਿੱਚ, ਗਰਮ ਹੀ ਹੈ ਤੇਲ ਗਰਮ ਆ ਯਾਰ ਛੋਟੇ ਗਰਮ ਆ, ਤੂੰ ਰਹਿਣ ਦੇ ਦੇਖੀ ਜਾਣ ਦੇ ਤੂੰ ਛੱਡ ਦੇ ਪੂਰੀ ਗੱਲ ਦੇਖੀ ਬਣਾਉਂਦਾ, ਹੁਣ ਉਹ ਥੋੜਾ ਜਿਹਾ ਉਹਨਾਂ ਨੂੰ ਰਚ ਲੈਣ ਦੇ, ਉਹਨਾਂ ਦਾ ਫਲੇਵਰ ਆ ਨਾ ਸਰੋਂ ਦੇ ਤੇਲ 'ਚ, ਪੂਰੀ ਗੱਲ ਬਣ ਲੈਣ ਦੇ ਹੈਨਾ। ਤੇ ਇਸ ਤੋਂ ਬਾਅਦ ਚ ਆਓ ਹੁਣ ਕੀ ਕਰੇਗਾ, ਇਸ ਤੋਂ ਬਾਅਦ ਆਪਣੀ ਹੈਗੀ ਆ ਪਿਆਜ਼ਾਂ ਦੀ ਵਾਰੀ। ਠੀਕ ਆ, ਠੀਕ ਆ, ਹੁਣ ਇਹਨਾਂ ਦੀ ਆਪਾਂ ਕਰਾਂਗੇ ਭੁਨਾਈ, ਜਿਹਨੇ ਜੇਕਰ ਹਲਕੇ ਜੇ ਬਰਾਊਨ ਨਹੀਂ ਹੋ ਜਾਂਦੇ ਹੈ ਨਾ। ਭੁਨਾਈ ਕਿੱਥੋਂ ਸਿੱਖਿਆ ਕਹਿਣਾ, ਹੁਣ ਸਾਰਿਆਂ ਦਾ ਫਲੇਵਰ ਤੇ ਮਿਕਸ ਵਧੀਆ ਰਚ ਜਾਣਾ ਇਹ। ਚਲੋ ਆਹ ਮਸਾਲਾ ਰੋਸਟ ਕੀਤਾ ਪਿਆ ਆਪਾਂ, ਤੇ ਇਹਨੂੰ ਪੀਸ ਕੇ ਨਾ ਗ੍ਰਾਇੰਡ ਕਰਕੇ ਫਿਰ ਐਂਡ 'ਚ ਪਾਵਾਂਗੇ ਇਹਨੂੰ। ਠੀਕ ਆ, ਇਹ ਦੇਖੀ ਤੂੰ ਗੁਰਗੰਜ ਪੈਂਦੀ ਦੇਖੀ ਪੂਰੀ ਵਧੀਆ ਦੇਖਦੇ ਆ। ਪਹਿਲਾਂ ਪਿਆਜ਼ ਭੁੰਨ, ਆਹ ਤੇ ਹੋ ਰਿਹਾ ਹੋ ਰਿਹਾ। ਹਾਂ ਬਾਈ ਮਟਰ ਬਣਾ ਕੇ ਡਾਰਿਆ ਵਾ, ਇਹ ਮਟਨ ਕੜਾਈ। ਠੀਕ, ਬਣ ਕੁੱਕਰ ਤੇ ਲੇਕਿਨ ਮਟਨ ਕੜਾਈ, ਮਟਨ ਕੜਾਈ ਆ ਇਹ। ਹੁਣ ਦੇਖ ਪਿਆਜ਼ ਦਾ ਕਲਰ ਦੇਖਿਆ ਚੇਂਜ ਹੋ ਰਿਹਾ, ਤੇ ਇਧਰਲੀ ਸਾਈਡ ਤੋਂ ਹਲਾਏ ਨਹੀਂ ਉਵੇਂ ਹੀ ਰਹੇ। ਨਹੀਂ ਨਹੀਂ ਉਹ ਤਾਂ ਸਾਰਿਆਂ ਸੇਕ ਲੱਗਣਾ ਹੀ ਲੱਗਣਾ ਵਾ, ਮਤਲਬ ਹੁਣ ਹੋ ਗਿਆ ਨਾ ਜ਼ਿਆਦਾ ਬਰਾਊਨ ਤੇ ਨਾ ਜ਼ਿਆਦਾ ਇੰਨਾ ਉੱਦਾਂ। ਠੀਕ ਆ, ਜਿੰਨਾ ਕੁ ਆਪਾਂ ਨੂੰ ਇੰਸਟਰਕਸ਼ਨ ਮਿਲੀ ਜਾਂਦੀ ਆ। ਪਾਏਗਾ ਹੁਣ ਅਸੀਂ ਪਾਵਾਂਗੇ ਮਟਨ, ਹੈ ਕਿ ਨਹੀਂ? ਹੁਣ ਤੂੰ ਮਟਨ ਪਾਏਗਾ, ਸਾਫ਼ ਕਰ ਲਿਆ ਸੀ ਮਟਨ ਪੂਰਾ ਵਧੀਆ ਫਰੈਸ਼ ਸਾਫ਼ ਕਰਕੇ ਡਰਾਈ ਕਰਕੇ ਰੱਖਿਆ ਪਿਆ ਹੈ, ਤਾਂ ਜੋ ਆਪਣਾ ਟਾਈਮ ਰੱਖ ਦੇ ਟਾਈਮ ਹੋਵੇ ਸੇਫ ਹੈ। ਤੇ ਜੇ ਦੁੱਧ ਡਰਮ ਕਰਕੇ ਸੁੱਟਾਂਗੇ ਨਾ ਤਾਂ ਤੇਲ ਦੇ ਛਿੱਟੇ ਪੈ ਸਕਦੇ ਆ ਬਾਈ ਜੀ, ਛਿੱਟੇ ਫਿਰ ਤੁਹਾਡਾ ਬੁਰਾ ਹਾਲ ਕਰ ਸਕਦੇ ਆ। ਤੇ ਹੁਣ ਆਪਾਂ ਇਹਨਾਂ ਨੂੰ ਸੁੱਟ ਸਕਦੇ ਹਾਂ ਥੱਲੇ ਇਸ ਤਰ੍ਹਾਂ ਕੁੱਕਰ ਦੇ ਵਿੱਚ, ਆਪਾਂ ਬਾਹਰ ਨਾ ਦਿੱਤੀ, ਬਾਹਰ ਨਹੀਂ ਸੁੱਟਦੇ ਆਪਾਂ ਇਹਨਾਂ ਨੂੰ। ਤੂੰ ਸ਼ੈਫ ਬਣ ਸਕਦਾ, ਲੈ ਯਾਰ ਬਾਈ ਤੂੰ ਹੱਥ ਰੱਖ, ਲੋਕੀ ਸ਼ੈਫ ਬਣਦੇ, ਤੂੰ ਚੈਫ ਬਣ ਸਕਦਾ। ਮੈਂ ਚੈਫ ਬਣ ਸਕਦਾ ਛੋਟੇ, ਬਹੁਤ ਵਧੀਆ ਚੈਫ ਬਣ ਸਕਦਾ। ਦੇਖਿਆ ਮਟਨ ਦੀ ਪੀਸ ਵਧੀਆ ਘੈਂਟ, ਹੁਣ ਆਪਾਂ ਇਹਨਾਂ ਨੂੰ ਪੂਰਾ ਹਿਲਾ ਕੇ ਥੋੜ੍ਹਾ ਮਿਕਸ ਕਰਕੇ ਸੇਕ ਲਵਾਵਾਂਗੇ। ਠੀਕ, ਚੱਲ ਤੂੰ ਸੇਕ ਲਵਾ, ਫਿਰ ਅਗਲੇ ਕਲਿੱਪ 'ਚ ਵੀਡੀਓ ਬਣਾਉਂਦੇ। ਚੱਲ ਠੀਕ ਆ, ਬਸ ਹੁਣ ਰੈਡੀ ਆ ਨਾ।
ਸੇਕ ਲੱਗ ਗਿਆ ਹਾਂ ਥੋੜਾ ਜਿਹਾ ਜੀ ਭੁੰਨਿਆ ਗਿਆ ਨਾ ਭੁੰਨਿਆ ਗਿਆ ਤੇ ਹੁਣ ਜਿੰਜਰ ਗਾਰਲਿਕ ਦਾ ਪੇਸਟ ਫਿਰ ਨਾਲ ਨਾਲ ਹੁਣ ਇਹਦੀ ਵੀ ਬਣਾਈ ਹੋ ਜੂਗੀ ਸਮਝ ਗਿਆ ਗੱਲ ਐਦਾਂ ਟੇਸਟ ਰੱਖ ਜੂਗਾ ਜਾਣੀ ਕਿ ਹਾਂ ਹਾਂ ਬਿਲਕੁਲ ਫਲੇਵਰ ਚੱਲ ਹਲਾ ਦੇ ਕਰੋ ਹੁਣ ਆਪਾਂ ਹਲਾ ਦੇਣਾ ਇਹਨੂੰ ਸਹੀ ਇਹਨੂੰ ਪੂਰਾ ਮਿਕਸ ਕਰਕੇ ਫਿਰ ਇਸ ਤੋਂ ਬਾਅਦ ਆਪਣੀ ਵਾਰੀ ਆਊਗੀ ਟਮਾਟਰਾਂ ਦੀ ਪਾ ਦਈਏ ਫਿਰ ਹੁਣ ਪੌਣੇ ਰੁਕ ਜਾ ਦੋ ਮਿੰਟ ਪੌਣੇ ਪੌਣੇ ਠੀਕ ਹੈ ਅਤੇ ਟਮਾਟਰ ਆਪਾਂ ਪਾ ਦਈਏ ਓਕੇ ਤੈਨੂੰ ਮਟਨ ਕੜਾਹੀ ਜ਼ਬਰਦਸਤ ਬਣਾ ਕੇ ਖਵਾਉਂ ਹੁਣ ਇਹਨਾਂ ਨੂੰ ਲੱਗਣ ਦੇ ਸੇਕ ਟਮਾਟਰਾਂ ਤੋਂ ਬਾਅਦ ਫਿਰ ਆਪਾਂ ਪਾਉਣੇ ਹਾਂ ਥੋੜ੍ਹਾ ਜਿਹਾ ਪਾਊਡਰ ਹਲਦੀ ਦਾ ਅਤੇ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਰੈੱਡ ਚਿੱਲੀ ਠੀਕ ਹੈ ਟਮਾਟਰ ਤੋਂ ਬਾਅਦ ਆਪਣੀ ਵਾਰੀ ਆ ਗਈ ਵੀ ਸਵਾਦ ਅਨੁਸਾਰ ਮਿਰਚਾਂ ਇੰਨੀਆਂ ਕੁ ਹੈ ਨਾ ਜ਼ਿਆਦਾ ਨਾ ਬਾਰੀ ਨਹੀਂ ਜ਼ਿਆਦਾ ਨਹੀਂ ਹਲਕੀਆਂ ਥੋੜ੍ਹੀਆਂ ਅਤੇ ਥੋੜ੍ਹੀ ਜਿਹੀ ਹਲਦੀ ਪਾਉਣੀ ਆਪਾਂ ਠੀਕ ਹੈ ਗੱਲ ਕੀ ਬਣ ਹੁਣ ਢੱਕ ਕੇ ਹਿਲਾ ਕੇ ਆਪਾਂ ਇਹਨੂੰ ਆਹ ਜਿਹੜਾ ਰੋਸਟ ਕੀਤਾ ਸੀਗਾ ਮਸਾਲਾ ਆਪਾਂ ਹੁਣ ਇਹਨੂੰ ਕਰ ਲੈਣਾ ਗਰਾਇੰਡ ਕਿਉਂ ਸਲੀਮ ਆ ਫਿਰ ਆਪਾਂ ਸਲੀਮ ਦੀ ਕਰਾ ਲੈਣੀ ਆ ਬੱਲੇ ਬੱਲੇ ਅਸੀਂ ਹੱਥ ਨਾਲ ਹੀ ਪਾ ਲੈਂਦੇ ਆਪਾਂ ਐਡਾ ਕੋਈ ਹੈ ਨਹੀਂ ਗਾ ਆਪਣਾ ਸਿਸਟਮ ਕਿੱਦਾਂ ਕਰ ਲਾਂ ਬਸ ਬਸ ਕਲਰ ਵੀ ਨਾ ਜਾਵੇ ਰੋਸਟਰ ਮਸਾਲਾ ਆਪਾਂ ਜਿਹੜਾ ਰੋਸਟ ਕੀਤਾ ਸੀ ਗ੍ਰਾਇੰਡ ਤਾਂ ਕਰ ਲਿਆ ਲੇਕਿਨ ਆਪਾਂ ਪਾਉਣਾ ਐਂਡ 'ਚ ਹੁਣ ਨਹੀਂ ਪਾਉਣਾ ਇਹ ਐਡਵਾਂਸ 'ਚ ਆਪਾਂ ਰੈਡੀ ਕਰਕੇ ਰੱਖ ਲਿਆ ਢੱਕਣ ਲਾ ਤਾ ਸਾਰਾ ਮਸਾਲਾ ਪਾ ਕੇ ਹੁਣ ਲੱਗੂਗਾ ਸੇਕ ਕਿਉਂ ਸਲੀਮ ਆਪਾਂ ਕਰਾਵਾਂਗੇ ਆਪ ਦੇਖੀ ਕੀ ਕਰਨ ਲੱਗਾ ਹੁਣ ਇਹ ਦਹੀਂ ਆ ਦਹੀਂ 'ਚ ਮਾਰਿਆ ਆਪਾਂ ਬਲੈਂਡਰ ਅਤੇ ਆਪਾਂ ਪਾਵਾਂਗੇ ਉਹਦੇ ਵਿੱਚ ਹੁਣ ਮਟਨ ਦੇ ਵਿੱਚ ਠੀਕ ਹੈ ਹਾਂ ਮਾਰ ਤਾਂ ਦੇਖ ਜੇ ਜ਼ਿਆਦਾ ਆਪਾਂ ਮਾਰਾਂਗੇ ਨਾ ਤਾਂ ਲੱਸੀ ਜੀ ਬਣ ਜਾਣਾ ਥੋੜ੍ਹਾ ਗਾੜਾ ਹੀ ਚਾਹੀਦਾ ਆਪਾਂ ਨੂੰ ਸੈੱਟ ਆ ਕੰਮ ਇਹ ਪਾਵਾਂਗੇ ਇੰਨਾ ਬਰੀਕ ਕੀ ਨਹੀਂ ਪੁੱਛੀਦਾ ਹੁੰਦਾ ਇਹ ਉਸਤਾਦ ਆ ਇਹ ਤੈਨੂੰ ਕੋਈ ਉਹ ਨਹੀਂ ਦੱਸਣਾ ਹਲੇ ਪਹਿਲਾਂ ਮੈਂ ਹੁਣ ਤਾਂ ਨਹੀਂ ਇਹ 'ਚ ਚੇਂਜ ਕੀ ਲੱਗਿਆ ਸਲੀਮ ਆਪਾਂ ਕੁੱਕਰ 'ਚੋਂ ਕੱਢ ਕੇ ਕੜਾਹੀ 'ਚ ਲਿਆਉਂਦਾ ਇਹਨੂੰ ਤਾਂ ਹੀ ਉਹ ਕੜਾਹੀ 'ਚ ਜਿੱਦਾਂ ਕਹਿੰਦੇ ਤੂੰ ਇਹਨੂੰ ਕੜਾਹੀ 'ਚ ਕਹਿੰਦਾ ਹੁਣ ਆਪਾਂ ਨਹੀਂ ਤਾਂ ਕੁੱਕਰ 'ਚ ਰਹਿਣਾ ਸੀ ਨਹੀਂ ਤਾਂ ਕੁੱਕਰ 'ਚ ਰਹਿਣਾ ਸੀਗਾ ਮਟਨ ਸੋਰੀ ਹਾਂ ਮਟਨ ਅਤੇ ਹੁਣ ਆਪਾਂ ਪਾਈਏ ਦਹੀਂ ਫਿਰ ਹੁਣ ਦਹੀਂ ਦੀ ਵਾਰੀ ਆ ਇਹ ਇਹਦੀ ਟੈਕਨੀਕ ਆ ਅੱਛਾ ਇਹ ਪਾਉਂਦੇ ਸਾਰ ਹੀ ਮੈਨੂੰ ਮਟਨ ਹਿਲਾਉਣਾ ਪੈਣਾ ਨਹੀਂ ਤਾਂ ਗੱਠਾਂ ਬਣ ਜਾਣਗੀਆਂ ਠੀਕ ਆ ਹੁਣ ਕੌਲੀ ਨਾਲ ਵਿੱਚ ਡਿੱਗ ਪਏ ਕਿਵੇਂ ਡਿੱਗੂਗੀ ਜੇ ਫੜੀ ਨਾ ਕਰ ਦੇਣਾ ਅਈ ਸ਼ਾਬਾਸ਼ ਹਿਲਾ ਦੇ ਹੁਣ ਹਿਲਾ ਦੇ ਘੁਮਾ ਦੇ ਇਹਨੂੰ ਆ ਲੈ ਹਿੱਲ ਗਿਆ ਠੀਕ ਹੈ ਆ ਲੈ ਕੱਪੜਾ ਇਹਨਾਂ ਫੜ ਲਾ ਹਾਂ ਵੈਰੀ ਗੁੱਡ ਸਲੀਮੇ ਜੇ ਤੂੰ ਨਾ ਹੋਵੇਂ ਤਾਂ ਵਲੌਗ ਮੇਰੇ ਬਣ ਨਾ ਜਾਣਾ ਹੈ ਉਹ ਤੋਂ ਬਿਨਾਂ ਨਹੀਂ ਕੁਛ ਹੋਣਾ ਤੇਰਾ ਜੱਟਾ ਘੁਮਾ ਦੇ ਇਹਨੂੰ ਹਿਲਾ ਦੇ ਬਸ ਗੱਠ ਨਾ ਪੈ ਜੇ ਅੱਧਾ ਘੰਟਾ ਲਾਦਾ ਇਹਦੀ ਗੱਠ ਖੋਲਣ ਨਹੀਂ ਫਿਰ ਤੂੰ ਬਾਹਰੋਂ ਪਾ ਕੇ ਨਹੀਂ ਤੇ ਆਹ ਹੁਣ ਆਪਾਂ ਪਾ ਲਈਏ ਆਹ ਚਮਚ ਇੱਕ ਪਾ ਲੈਂਦੇ ਥੋੜ੍ਹਾ ਜਿਹਾ ਹੋਰ ਪਾ ਲੈਂਦੇ ਠੀਕ ਹੋ ਗਿਆ ਤੇ ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਹਿਲਾ ਲਈਏ ਹਿਲਾ ਲਈਏ ਚਲੋ ਲੈ ਵੀ ਸਲੀਮੇ ਨੈਕਸਟ ਵੀਡੀਓ 'ਚ ਬਣਾਉਂਦੇ ਹਾਂ ਮਟਨ ਦੇਖੀ ਤੂੰ ਹਲੇ ਰੁਕ ਗਿਆ ਹਾਲੇ ਤਾਂ ਨਿਖਰ ਕੇ ਹੋਰ ਆਉਣਾ ਇਹਨੇ ਹਾਲੇ ਤਾਂ ਆਪਾਂ ਇਹਦਾ ਫੇਸ਼ੀਅਲ ਕਰਨਾ ਚੱਲ ਬਾਈ ਹੁਣ ਦੱਸ ਕੀ ਰਹਿ ਗਿਆ ਤੇਰਾ ਹੁਣ ਤੈਨੂੰ ਮੈਂ ਦੱਸਦਾ ਆਪਾਂ ਸੇਕ ਲਵਾ ਲਿਆ ਇਹਨੂੰ ਚੱਕ ਕੇ ਰੱਖਿਆ ਢੱਕਣ ਉੱਤੇ ਠੀਕ ਆ ਇਹ ਯੈਲੋ ਯੈਲੋ ਹੀ ਰਹੂਗਾ ਇੱਦਾਂ ਨਹੀਂ ਚੇਂਜ ਹੋਣਾ ਮਸਾਲੇ ਬਾਅਦ
ਤੇ ਜਿਹੜਾ ਮਸਾਲਾ ਆਪਾਂ ਗ੍ਰਾਈਂਡ ਕੀਤਾ ਸੀ ਹਾਂ ਠੀਕ ਆ ਆਹ ਦੇਖ ਪੈਂਦਾ ਹਾਂ बस बस आख अपन थोड़ा हिला के फिर सेक लगाना सेक लगू हले तां हले ने चंगी तरह फाइनल ही आ इस तो फाइनल आ बस तो हम पाकी दिखाई एंड ते फाइनल दे के हुण देख कलर चेंज हुंदा कि नहीं हुंदा हो रहा हो रहा हो रहा ना हले बहुत बहुत चेंज हो रही है पूरी गल बणूगी तेरी जिवें दा तैनूं चाहिदा उवें दा ही मटन मिल कपड़े नूं अग ना लवा ली नहीं लगदी नहीं लगदी हुण आया भाई थोड़ा कलर जिहा नहीं आना ही सी ओह यार अपनी ओह तैनूं पता चलदी आ चीज़ है ना सीक्रेट हुण आपां सारा कुछ ओके करदा ते इह चक के आपां देना ढक इह ऑलमोस्ट हुण फाइनल आ ठीक है इस तों बाद आपां इहनूं गार्निश करांगे थोड़ा धनिया अदरक उहदे नाल ठीक है गल्लबात ओके चल फिर एंड ते तैनूं दिखाउने आ फिर मटन फाइनल हुण पा के जदों मैं खाऊंगा उदों दिखाई हाँ चल मैं दिखावां तैनूं चिकन एंड पानी निचुड़ गया ठीक है आ भी चला गया फिर हुण आ गई थोड़ा जिहा अदरक अदरक हो गया ये फिनिशिंग है ना ये फिनिशिंग आ तैनूं देखी जदों तू गलबात सारी सैट हो इहनूं आपां हिलाउणा नहीं क्यों इक हुण ये फाइ बन गया है फिर मटन मानदा गल नूं पूरी वधिया गलबात बनाई आ दे पूरी वधिया इहनूं मटन कड़ाई कहिंदे फिर है अपनी भाषा देसी ठीक है बनाती गड़कानी पूरी हूँ इन रोटी ना नहीं परौठे ना खाना परौठे ना अगर तुम्हें यह ब्लॉग पसंद आया हो बंद कर दे एक मिनट ब्लॉग बना लिया है ना मटन कढ़ाई का अगर तुम लाइक किया तो वधिया गल है यार हूँ ये असं ब्लॉग करते हैं क्लोज थैंक यू सो मच फॉर वॉचिंग